ਇਹ ਜਿਹੜਾ ਧੂੰਆਂ ਵੈਸੇ ਇੱਥੇ ਜ਼ਿਆਦਾ ਹੁੰਦਾ ਉਸ ਵੇਲੇ ਪੰਜਾਬ ਦਾ ਵੀ ਲੈਵਲ ਜਿਹੜਾ ਉੱਚਾ ਹੋ ਜਾਂਦਾ ਹੈਗਾ 25% ਬਿਮਾਰੀਆਂ ਜਿਹੜੀਆਂ ਹੈਗੀਆਂ ਕੈਂਸਰ ਦੀਆਂ ਉਹ ਏਅਰ ਪੋਲਿਊਸ਼ਨ ਨਾਲ ਹੁੰਦੀਆਂ ਧਰਤੀ ਦੀ ਉਪਜਾਊ ਸ਼ਕਤੀ ਵੀ ਖਤਮ ਹੁੰਦੀ ਆ ਉਹ ਜਿਹੜੇ ਸੂਖਸ਼ਮ ਜੀਵ ਆ ਉਹ ਹੀਟ ਦੇ ਨਾਲ ਸੜ ਜਾਂਦੇ ਆ ਜਿਹਦੇ ਨਾਲ ਧਰਤੀ ਦੀ ਉਪਜਾਊ ਸ਼ਕਤੀ 'ਤੇ ਬਹੁਤ ਅਸਰ ਪੈਂਦਾ ਉਹਦੇ ਨਾਲ ਇਹੋ ਜਿਹੇ ਮਿੱਤਰ ਕੀੜੇ ਆ ਉਹ ਵੀ ਮਰ ਜਾਂਦੇ ਆ ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੇ ਦਾਈ ਦਾ ਖਿਲੇ ਸਕਲ ਜਗ ਅੱਜ ਅਸੀਂ ਆਪਣੇ ਵਾਸਤੇ ਗੁਰੂ ਦਾ ਵਚਨ ਮੰਨ ਕੇ ਅਸੀਂ ਏਅਰ ਪੋਲਿਊਸ਼ਨ ਨਾ ਕਰੀਏ ਜੇ ਕਿਉਂਕਿ ਦਿੱਲੀ ਦਾ ਪ੍ਰਦੂਸ਼ਣ ਜੇ ਇਸ ਵੇਲੇ ਲੈਵਲ ਦੇਖੋ ਕਿ ਇਸ ਵੇਲੇ ਵੀ ਜਿਹੜਾ ਹੈਗਾ ਸਾਹ ਲੈਣ ਵਾਲਾ ਨਹੀਂ ਵੱਧ ਪ੍ਰਦੂਸ਼ਿਤ ਆ ਦਿੱਲੀ ਸਾਰੇ ਦੂਸਰੇ ਪੰਜਾਬ ਦੇ ਨਾਲੋਂ ਕਿ ਜਦੋਂ ਥੋੜ੍ਹੇ ਦਿਨਾਂ ਨੂੰ ਦੀਵਾਲੀ ਆਉਣ ਵਾਲੀ ਹੈ ਦੀਵਾਲੀ 'ਤੇ ਸਭ ਤੋਂ ਜ਼ਿਆਦਾ ਪਟਾਕੇ ਦਿੱਲੀ ਦੇ ਵਿੱਚ ਚੱਲਣੇ ਆ ਅਤੇ ਜਿਹੜਾ ਉਹ ਬਰੂਦ ਚੱਲਦਾ ਵਾ ਉਹਦਾ ਪੋਲਿਊਸ਼ਨ ਪਰਾਲੀ ਦੇ ਧੂੰਏ ਨਾਲੋਂ ਕਿਤੇ ਜ਼ਿਆਦਾ ਅਤੇ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਵੀ ਹੁੰਦੀ ਹੈ ਫਿਰ ਇੰਡਸਟਰੀ ਇੱਥੇ ਆ ਉਹਦਾ ਵੀ ਧੂੰਆਂ ਹੈ ਸੋ ਬਹੁਤ ਵੱਡੀ ਸਮੱਸਿਆ ਦਿੱਲੀ ਦੀ ਟ੍ਰੈਫਿਕ ਵੀ ਆ ਜਿਹੜੀਆਂ ਗੱਡੀਆਂ ਵਹੀਕਲ ਚੱਲਦੇ ਆ ਸੋ ਪੰਜਾਬ ਦਾ ਜਿਹੜਾ ਧੂੰਆਂ ਹੈ ਕਿਉਂਕਿ ਥੋੜ੍ਹੇ ਦਿਨ ਜਦੋਂ ਇਹ ਝੋਨੇ ਦੀ ਕਟਾਈ ਹੁੰਦੀ ਹੈ ਅਤੇ ਪਰਾਲੀ ਨੂੰ ਅੱਗ ਲੱਗਦੀ ਆ ਹਰ ਸਾਲ ਲੱਗਦੀ ਹੈ ਪਰ ਇਹ ਪਰਾਲੀ ਨੂੰ ਲਗਾਤਾਰ ਜਿਹੜਾ ਹੈਗਾ ਕਿ ਅੱਗ ਨਾ ਲੱਗੇ ਸੈਂਟਰ ਸਰਕਾਰ ਨੇ ਵੀ ਕਾਫੀ ਜਿਹੜਾ ਹੈਗਾ ਮਦਦ ਕੀਤੀ ਸੀਗੀ ਕਿ ਸਰਕਾਰਾਂ ਦੀ ਪਿਛਲੀਆਂ ਸਰਕਾਰਾਂ ਵੇਲੇ ਵੀ ਪੈਸੇ ਭੇਜੇ ਆ ਜ਼ਿਮੀਦਾਰਾਂ ਨੂੰ ਮਸ਼ੀਨਾਂ ਲੈ ਕੇ ਦਿੱਤੀਆਂ ਜਾ ਰਹੀਆਂ ਜਿਹੜੀਆਂ ਹੈਪੀ ਸੀਡਰ ਸੁਪਰ ਸੀਡਰ ਬੇਲਰ ਮਲਚਰ ਜਿਹੜੇ ਵੀ ਬਿਜਾਈ ਵਾਸਤੇ ਵਰਤੋਂ ਦੇ ਵਿੱਚ ਆਉਂਦੇ ਆ ਸੋ ਉਹਦੇ ਵਾਸਤੇ ਹਜੇ ਵੀ ਜਿਹੜੀਆਂ ਹੈਗੀਆਂ ਕਿਉਂਕਿ ਜਿਹੜੇ ਜ਼ਿਮੀਦਾਰ ਆ ਉਹ ਛੋਟੇ ਜ਼ਿਮੀਦਾਰ ਆ ਉਹ ਵੱਡੀਆਂ ਮਸ਼ੀਨਾਂ ਲੈ ਨਹੀਂ ਸਕਦੇ ਅਤੇ ਥੋੜ੍ਹੇ ਦਿਨ ਉਹ ਮਸ਼ੀਨਰੀ ਨੂੰ ਵਰਤਣਾ ਹੁੰਦਾ ਸੋ ਅਸੀਂ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਕਿਹਾ ਸੀ 500 ਰੁਪਈਆ ਅਸੀਂ ਦਿੰਦੇ ਹਾਂ 500 ਰੁਪਈਆ ਦਿੱਲੀ ਸਰਕਾਰ ਦਊਗੀ 1500 ਰੁਪਈਆ ਜਿਹੜਾ ਹੈਗਾ ਉਹ ਸੈਂਟਰ ਸਰਕਾਰ ਦੇਵੇ ਜਿਹਦੇ ਤੋਂ ਸੈਂਟਰ ਸਰਕਾਰ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਉਹ ਦੌੜ ਗਈ ਕਿ ਅਸੀਂ ਇਹ ਨਹੀਂ ਕਰਨਾ ਸੋ ਉਹਦੇ ਨਾਲ ਜਿਹੜਾ ਨਿਹਰਾ ਪੰਜਾਬ ਦੇ ਉੱਤੇ ਹੀ ਇਹ ਛੱਡਣਾ ਕਿ ਪੰਜਾਬ ਦੇ ਕਿਸਾਨਾਂ ਦੇ ਧੂੰਏ ਦੇ ਨਾਲ ਹੀ ਦਿੱਲੀ ਧੂੰਆਂ ਆਉਂਦਾ ਨਹੀਂ ਹਰਿਆਣਾ ਵਿੱਚੋਂ ਲੰਘ ਕੇ ਆਉਂਦਾ ਕਦੇ ਹਰਿਆਣੇ ਵਾਲਿਆਂ ਨੇ ਕਿਹਾ ਕਿ ਪੰਜਾਬ ਦੇ ਧੂੰਏ ਨੇ ਜਿਹੜਾ ਹੈਗਾ ਹਰਿਆਣੇ ਨੂੰ ਪ੍ਰਭਾਵਿਤ ਕੀਤਾ ਸੋ ਇਹ ਜਿਹੜਾ ਧੂੰਆਂ ਵੈਸੇ ਇੱਥੇ ਜ਼ਿਆਦਾ ਹੁੰਦਾ ਉਸ ਵੇਲੇ ਪੰਜਾਬ ਦਾ ਵੀ ਲੈਵਲ ਜਿਹੜਾ ਉੱਚਾ ਹੋ ਜਾਂਦਾ ਸੋ ਅਸੀਂ ਤਾਂ ਬੇਨਤੀ ਕਰਾਂਗੇ ਕਿ ਜਿਹੜਾ ਪਰਾਲੀ ਨੂੰ ਅੱਗ ਲਾਉਣੀ ਜਿਹੜੀ ਹੈਗੀ ਹੈ ਉਹਦੇ ਨਾਲ ਵੀ ਪੋਲਿਊਸ਼ਨ ਹੁੰਦਾ ਇੰਡਸਟਰੀ ਵੀ ਪੋਲਿਊਸ਼ਨ ਕਰਦੀ ਹੈ ਪਟਾਕਿਆਂ ਨਾਲ ਵੀ ਪੋਲਿਊਸ਼ਨ ਹੁੰਦਾ ਸਾਨੂੰ ਇਹ ਸਾਰੇ ਰੋਕਣੇ ਚਾਹੀਦੇ ਆ ਕਿਉਂਕਿ ਪਹਿਲਾਂ ਜੀਵਨ ਆ ਜੀਵਨ ਦੇ ਵਾਸਤੇ ਸਾਰਾ ਕੁਛ ਆ ਕਿਉਂਕਿ ਹਵਾ ਸ਼ੁੱਧ ਨਹੀਂ 25% ਬਿਮਾਰੀਆਂ ਜਿਹੜੀਆਂ ਹੈਗੀਆਂ ਕੈਂਸਰ ਦੀਆਂ ਉਹ ਏਅਰ ਪੋਲਿਊਸ਼ਨ ਨਾਲ ਹੁੰਦੀਆਂ ਅਤੇ ਜਦੋਂ ਬੱਚਿਆਂ ਨੂੰ ਜੇ ਏਅਰ ਪੋਲਿਊਸ਼ਨ ਜ਼ਿਆਦਾ ਹੋਵੇ ਉਹਦੇ ਨਾਲ ਦਿਮਾਗੀ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਵੀ ਏਅਰ ਪੋਲਿਊਸ਼ਨ ਦੇ ਨਾਲ ਹੁੰਦੀਆਂ ਸੋ ਉਹਦੇ ਵਿੱਚੋਂ ਦੱਸਦੇ ਆ ਜਿਹੜੇ ਆਪਣੇ ਮਾਹਰ ਕਿ 70-80% ਲੋਕ ਜਿਹੜੇ ਹੈਗੇ ਆ ਉਹ ਇਸ ਕਰਕੇ ਜਿਹੜਾ ਹੈਗਾ ਦੁਨੀਆਂ ਤੋਂ ਚਲੇ ਜਾਂਦੇ ਉਹਨਾਂ ਦਾ ਇਲਾਜ ਨਹੀਂ ਹੁੰਦਾ ਸੋ ਇਸ ਵਾਸਤੇ ਪਰਾਲੀ ਜਿਹੜੀ ਹੈਗੀ ਆ ਖੇਤੀ ਵਾਸਤੇ ਖੇਤਾਂ 'ਚ ਗਲੇ ਧਰਤੀ ਵਿੱਚ ਤਾਂ 70% ਜਿਹੜੀ ਖਾਦ ਆ ਉਹ ਧਰਤੀ ਵਿੱਚ ਚਲ ਜਾਂਦੀ ਹੈ ਸੋ ਉਹਦੇ ਨਾਲ ਜਿਹੜੀ ਧਰਤੀ ਦੀ ਉਪਜਾਊ ਸ਼ਕਤੀ ਜਿਹੜੀ ਹੈਗੀ ਆ ਉਹ ਵੱਧਦੀ ਹੈ ਅਤੇ ਜਦੋਂ ਅੱਗ ਲਾਉਂਦੇ ਹਾਂ ਅਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਖਤਮ ਹੁੰਦੀ ਆ ਉਹ ਜਿਹੜੇ ਸੂਖਸ਼ਮ ਜੀਵ ਆ ਉਹ ਹੀਟ ਦੇ ਨਾਲ ਸੜ ਜਾਂਦੇ ਆ ਜਿਹਦੇ ਨਾਲ ਧਰਤੀ ਦੀ ਉਪਜਾਊ ਸ਼ਕਤੀ 'ਤੇ ਬਹੁਤ ਅਸਰ ਪੈਂਦਾ ਉਹਦੇ ਨਾਲ ਇਹੋ ਜਿਹੇ ਮਿੱਤਰ ਕੀੜੇ ਆ ਉਹ ਵੀ ਮਰ ਜਾਂਦੇ ਆ ਫਿਰ ਦਰਖਤ ਸੜ ਜਾਂਦੇ ਆ ਪੰਛੀ ਜਿਹੜੇ ਹੈਗੇ ਆ ਉਹਨਾਂ ਦੇ ਆਲ੍ਹਣੇ ਸੜ ਜਾਂਦੇ ਆ ਰਸਤੇ 'ਚ ਲੰਘਣ ਵਾਲੇ ਅਸੀਂ ਦੇਖਿਆ ਥੋੜ੍ਹੇ ਦਿਨ ਪਹਿਲਾਂ 2 ਦਿਨ ਪਹਿਲਾਂ ਸਾਡੇ ਨੇੜੇ ਨਵਾਜੀਪੁਰ ਦੇ ਕੋਲ ਅੱਗ ਲੱਗੀ ਹੋਈ ਸੀ ਜਿੱਥੇ 2 ਮੋਟਰਸਾਈਕਲਾਂ ਦੇ ਐਕਸੀਡੈਂਟ ਹੋਏ ਅਤੇ 2 ਇੱਕ ਨੌਜਵਾਨ ਅਤੇ ਇੱਕ ਬਜ਼ੁਰਗ 2 ਚੜ੍ਹਾਈ ਕਰ ਗਏ ਸੋ ਉਹਦੇ ਨਾਲ ਨਾਲ ਜਿਹੜਾ ਹੋਰ ਸਾਡੇ ਸਿਹਤ ਦੇ ਉੱਤੇ ਅਸਰ ਪੈਂਦਾ ਜਿਹੜੇ ਪਹਿਲਾਂ ਹੀ ਬਿਮਾਰ ਹੁੰਦੇ ਆ ਉਹਨਾਂ ਦੇ ਇਹ ਦਿਨ ਬੜੇ ਔਖੇ ਹੋ ਜਾਂਦੇ ਆ ਅਤੇ ਇਸ ਵਾਸਤੇ ਸਾਡੀ ਤਾਂ ਬੇਨਤੀ ਹੈ ਕਿ ਗੁਰੂ ਦਾ ਬਚਨ ਮੰਨ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੇ ਦਾਈ ਦਾ ਖਿਲੇ ਸਕਲ ਜਗ ਅੱਜ ਅਸੀਂ ਆਪਣੇ ਵਾਸਤੇ ਗੁਰੂ ਦਾ ਬਚਨ ਮੰਨ ਕੇ ਅਸੀਂ ਏਅਰ ਪੋਲਿਊਸ਼ਨ ਨਾ ਕਰੀਏ ਜਿੰਨਾ ਅਸੀਂ ਘਟਾ ਸਕਦੇ ਹਾਂ ਉਹ ਨਾ ਘਟਾਈਏ ਅਤੇ ਸਰਕਾਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜ਼ਿਮੀਦਾਰਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਉਹ ਅੱਗ ਲਾਉਣ ਲਈ ਮਜਬੂਰ ਨਾ ਹੋਣ ਤਾਂ ਸਾਡਾ ਵਾਤਾਵਰਨ ਵੀ ਬਚੇ ਅਤੇ ਨਾਲ ਨਾਲ
ਸਾਡੀ ਜਿਹੜੀ ਹੈਗੀ ਆ ਸਿਹਤ ਵੀ ਜਿਹੜੀ ਹੈਗੀ ਆ ਉਹ ਠੀਕ ਹੋਵੇ। ਅਸੀਂ ਤਾਂ ਸਾਰੇ ਜ਼ਿਮੀਦਾਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਸਾਡੇ ਆਪਣੇ ਹਿੱਤ ਵਿੱਚ ਆ, ਸਾਡੇ ਬੱਚਿਆਂ ਦੇ ਹਿੱਤ ਵਿੱਚ ਆ, ਸਾਡੇ ਇਨਵਾਇਰਮੈਂਟ ਦੇ ਹਿੱਤ ਵਿੱਚ ਆ, ਇਹਨੂੰ ਅਪਣਾਉਣਾ ਚਾਹੀਦਾ। ਸਮਿਆਂ ਦੇ ਵਿੱਚ ਵੀ ਕਾਫੀ ਮਸ਼ੀਨਾਂ ਜਿਹੜੀਆਂ ਬੇਲਰ ਦਿੱਤੇ ਆ, ਸੁਪਰ ਸੀਡਰ, ਹੈਪੀ ਸੀਡਰ, ਉਹਦੇ ਨਾਲ ਜਿਹੜੀਆਂ ਮਲਚਰ ਮਸ਼ੀਨਾਂ ਉਹ ਕਾਫੀ ਜਿਹੜੀਆਂ ਹੈਗੀਆਂ ਸਬਸਿਡੀ ਦੇ ਉੱਤੇ ਦਿੱਤੀਆਂ ਜਾ ਰਹੀਆਂ। ਸੁਸਾਇਟੀਆਂ ਬਣਵਾ ਕੇ, ਜ਼ਿਮੀਦਾਰ ਆਪਣੀ ਸੁਸਾਇਟੀ ਬਣਾ ਕੇ ਵੀ ਇਹਨਾਂ ਨੂੰ ਘੱਟ ਰੇਟ ਦੇ ਉੱਤੇ ਜਿਹੜੀ ਸਬਸਿਡੀ 'ਤੇ ਲੈ ਸਕਦਾ। ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਸੁਸਾਇਟੀਆਂ ਕਿਸਾਨਾਂ ਦੀਆਂ ਬਣੀਆਂ ਹੋਈਆਂ, ਉਹਨਾਂ ਸੁਸਾਇਟੀਆਂ ਦੇ ਵਿੱਚ ਵੀ ਇਸ ਸੰਦ ਦਿੱਤੇ ਜਾ ਰਹੇ ਆ। ਤੋ ਸਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਹਵਾ ਪਾਣੀ ਧਰਤੀ ਨੂੰ ਬਚਾਉਣ ਵਾਸਤੇ ਉਹਨਾਂ ਮਸ਼ੀਨਾਂ ਦੀ ਵਰਤੋਂ ਕਰਕੇ, ਕਿਉਂਕਿ ਪਰਾਲੀ ਜਿਹੜੀ ਆ ਇਹ ਪਸ਼ੂਆਂ ਦੀ ਖੁਰਾਕ ਬਹੁਤ ਵਧੀਆ ਦੱਸਦੇ, ਮਾਹਰ ਦੱਸਦੇ ਕਿ ਤੂੜੀ ਦੇ ਨਾਲੋਂ ਵੀ ਇਹਦੇ ਵਿੱਚ ਜ਼ਿਆਦਾ ਤੱਤ ਆ, ਇਹ ਜਿਹੜੀ ਹੈਗੀ ਪਸ਼ੂਆਂ ਵਾਸਤੇ ਵਰਤੀ ਜਾ ਸਕਦੀ ਹੈ। ਇਹ ਪਰਾਲੀ ਜਿਹੜੀ ਹੈਗੀ ਹੈ ਹੁਣ ਜਿਹੜੀ ਇਹੋ ਜਿਹੀਆਂ ਫੈਕਟਰੀਆਂ ਲੱਗ ਰਹੀਆਂ, ਥੋੜ੍ਹੇ ਦਿਨ ਅਸੀਂ ਦੇਖ ਕੇ ਆਏ ਸੰਗਰੂਰ ਦੇ ਵਿੱਚ, ਜਿਹਦੇ ਵਿੱਚ 1,00,000 ਟਨ ਜਿਹੜੀ ਹੈਗੀ ਆ ਰੋਜ਼ ਦੀ ਪਰਾਲੀ ਜਿਹੜੀ ਹੈਗੀ ਆ ਉਹ ਯੂਜ ਕਰਦੇ ਆ, ਅਤੇ 7 ਟਨ ਜਿਹੜੀ ਹੈਗੀ ਉਹਤੋਂ ਗੈਸ ਤਿਆਰ ਕਰਦੇ ਆ, ਜਿਹੜੀ ਕੁਕਿੰਗ ਗੈਸ ਆ ਜਾਂ CNG ਇਹਦੇ ਵਿੱਚ ਜਿਹੜੀ ਹੈਗੀ ਉਹ ਵਰਤ ਹੁੰਦੀ ਹੈ। ਸੋ ਇਹ ਪਰਾਲੀ ਐਨਰਜੀ ਆ, ਪਰ ਥੋੜ੍ਹਾ ਸਮਾਂ ਹੋਣ ਕਰਕੇ ਜ਼ਿਮੀਦਾਰ ਵੀ ਕਾਹਲਾ ਹੁੰਦਾ ਕਿ ਮੈਂ ਅਗਲੀ ਫਸਲ ਬੀਜਣੀ ਹੈ, ਸੰਦਾਂ ਦੀ ਘਾਟ ਹੋਣ ਕਰਕੇ ਵੀ ਇਹ ਪਰਾਲੀ ਨੂੰ ਅੱਗ ਲੱਗਦੀ ਹੈ। ਇਹਦੇ ਵਾਸਤੇ ਸਰਕਾਰਾਂ ਨੂੰ ਨਿੱਠ ਕੇ ਕੰਮ ਕਰਨਾ ਚਾਹੀਦਾ, ਸੈਂਟਰ ਸਰਕਾਰ ਨੂੰ ਪੂਰਾ ਸਾਥ ਦੇਣਾ ਚਾਹੀਦਾ ਤਾਂ ਕਿ ਕਿਸਾਨ ਜਿਹੜਾ ਹੈ ਉਹ ਅੱਗ ਨਾ ਲਾਵੇ, ਕਿਸਾਨ ਦੀ ਜਿਹੜੀ ਫਸਲ ਆ ਉਹ ਵੀ ਲੇਟ ਨਾ ਹੋਵੇ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਨਾ ਹੋਵੇ।